पेड़ को कितना फल लग जाता है? एक पेड़ को यूजुअली लगता है सर, अगर ये वाला देंगे तो 15 to 16 पेटी। सर ये सारे आपके खुद के रेडी किए हुए हैं? ਸਰ ਅੱਜ ਮੈਂ ਇਹਨਾਂ ਨੂੰ ਦੱਸ ਰਿਹਾ ਸੀ, ਮੈਂ ਕਿਹਾ ਅੱਗੇ ਇੱਕ ਪਰਸ ਦੀ ਬਹੁਤ ਵਧੀਆ ਦੁਕਾਨਾ, ਮੈਂ ਦਵਿੰਦਰ ਨੂੰ ਕਿਹਾ ਭਾਬੀ ਵਾਸਤੇ ਲੈਣਾ ਸਾਡੀ ਵਾਸਤੇ, ਕੋਈ ਨਹੀਂ ਸੋਚਦਾ। ਫਿਰ ਉਹਨੇ ਕਹਿਣਾ ਤਾਂ ਲੈ ਕੇ ਨਹੀਂ ਆਇਆ ਮੇਰੇ ਵਾਸਤੇ। ਸੋਰੀ ਯਾਰ, ਮੈਨੂੰ ਨਾ ਵੀਡੀਓ ਬੰਦ ਕਰਨੀ ਪੈ ਗਈ ਸੀ ਕਿਉਂਕਿ ਦਵਿੰਦਰ ਨੇ ਫਿਰ ਉਨਾ ਟਾਈਮ ਲੈਣਾ ਨਹੀਂ ਸੀ ਪਰਸ, ਤਾਂ ਕਰਕੇ ਮੈਨੂੰ ਵੀਡੀਓ ਬੰਦ ਕਰਨੀ ਪੈ ਗਈ। ਹੁਣ ਉਹ ਲੁਕਾਉਣ ਲੱਗਿਆ ਹੋਇਆ ਪਰਸ, ਭੱਜ ਕੇ ਆ ਗਿਆ ਲੈ ਕੇ, ਕਹਿੰਦਾ ਫਿਰ ਆਈ। ਤੇ ਇੱਧਰ ਆਈਸਕ੍ਰੀਮ ਚੱਲ ਰਹੀ ਹੈ ਠੰਡੇ ਛੰਡੇ, ਹੁਣ ਲੁਕੋਲਿਆ ਪਰਸ, ਹੈਂ ਖੁਸ਼ ਹਾਂ? ਨਹੀਂ ਦਿਖਾਉਣਾ, ਲੋਕ ਦੇਖ ਲੈਣਗੇ ਫਿਰ ਕੀ ਹੋਜੂ, ਹੱਦ ਕਰਤੀ ਆ, ਕਾਪੀ ਕਰ ਲੈਣਗੇ ਵੀ ਜਿਹੜੀ ਸਾਡੀ ਭਾਬੀ ਕੋਲ ਚੀਜ਼ ਆ ਉਹ ਕਿਸੇ ਹੋਰ ਕੋਲ ਨਹੀਂ ਹੋਣੀ ਚਾਹੀਦੀ। ਆਹ ਸ਼ੋਪ ਆ ਜਿੱਥੋਂ ਆਪਾਂ ਕੇਸਰ ਲਿਆ, ਕਿੱਥੇ ਗਿਆ? ਹਾਂਜੀ, ਇੱਕ ਨਵਾਂ ਦਿਨ ਹੋ ਚੁੱਕਿਆ ਆਪਣਾ ਸਟਾਰਟ, ਅਤੇ ਆਪਾਂ ਹੈਗੇ ਪਹਿਲਗਾਮ ਦੇ ਵਿੱਚ। ਕੱਲ੍ਹ ਉੱਥੇ ਸਾਰੇ ਕਿਤੇ ਫੈਲਣ ਤੋਂ ਬਾਅਦ 'ਚ ਆਪਾਂ ਪਹਿਲਗਾਮ ਆ ਕੇ ਸਟੇਅ ਲੈ ਲਈ ਸੀ, ਹੁਣ ਹੋਟਲ 'ਚੋਂ ਚੈੱਕਆਊਟ ਕਰਕੇ ਆਪਾਂ ਸਭ ਤੋਂ ਪਹਿਲਾਂ ਖਾਣ ਪੀਣ ਆਏ ਹਾਂ, ਅਤੇ ਉਰੇ ਇੱਕ ਪੰਜਾਬੀ ਢਾਬਾ ਆ ਉੱਥੇ ਖਾਣ ਆਏ ਹਾਂ ਆਪਾਂ। ਵੈਜ ਸਾਲੀ ਕੀਤੀਆਂ ਨੇ ਔਡਰ, ਹੁਣ ਅੱਗੇ ਤੁਹਾਨੂੰ ਦਿਖਾਉਣੇ ਆ ਜਿਹੜੀਆਂ ਵੀ ਉਰੇ ਦੇ ਮੇਨ ਟੂਰਿਸਟ ਪਲੇਸਿਸ ਨੇ ਉਹ ਦਿਖਾਵਾਂਗੇ ਤੁਹਾਨੂੰ। ਵਧੀਆ ਰੈਸਟੋਰੈਂਟ ਬਣਿਆ ਹੋਇਆ, ਪੰਜਾਬੀ ਬੰਦੇ ਦਾ ਹੀ ਰੈਸਟੋਰੈਂਟ ਆ। ਆਹ ਦੇਖ ਲਓ, ਸਾਰਾ ਦਿਨ ਫੋਨ ਦੇ ਵਿੱਚ ਹੀ ਬੜਿਆ ਰਹਿੰਦਾ, ਇਹਨੂੰ ਲੈ ਕੇ ਆਏ ਨਾ ਲੈ ਕੇ ਆਏ ਦਾ ਕੋਈ ਫਾਇਦਾ ਨਹੀਂ ਹੈਗਾ ਬਾਈ। ਅੱਖਾਂ ਦੇਖੇ ਕਿਵੇਂ ਸਜਾਈਆਂ ਨੇ, ਬਿਜ਼ਨਸ ਚੱਲਦੇ ਸਾਡੇ, ਸ਼ੇਅਰ ਖਰੀਦਣ ਲੱਗੇ ਹੋਏ ਨੈਸਲੇ ਦੇ, ਇਹਨੇ ਘਾਟਾ ਪਵਾਉਣਾ ਬਸ, ਹੋਰ ਕੁਛ ਨਹੀਂ, ਜਿਹੜਾ ਟੂਰ ਦਾ ਖਰਚਾ ਮਖਾ ਉਹ ਕੱਢ ਲਈਏ। ਇਹ ਬਣਿਆ ਤਾਂ ਵਧੀਆ ਹੋਇਆ, ਹੁਣ ਬਾਕੀ ਟੇਸਟ ਦੱਸਾਂਗੇ ਤੁਹਾਨੂੰ ਕਿਹੋ ਜਾਊਗਾ। ਹੁਣ ਅਸੀਂ ਪਨੀਰ ਥਾਲੀ ਖਾ ਲਈ ਇੱਕ ਇੱਕ, ਖਾਣ ਤੋਂ ਬਾਅਦ 'ਚ ਆਪਾਂ ਸਿੱਧਾ ਦੇਖਣ ਲਈ ਜਾ ਰਹੇ ਸੀ ਹੁਣ ਮਿੰਨੀ ਸਵਿਟਜ਼ਰਲੈਂਡ, ਜਿਹਨੂੰ ਉਰੇ ਪਹਿਲਗਾਮ ਦੇ ਵਿੱਚ ਕਹਿੰਦੇ ਨੇ। ਵਿਊ ਦੇਖੋ ਤੁਸੀਂ, ਉਰੇ ਸਾਰੇ ਜਿੱਥੇ ਘੋੜੇ ਕਰਕੇ ਨਹੀਂ ਲੈ ਕੇ ਜਾਂਦੇ ਹੁੰਦੇ ਉਹ ਵਾਲੀ ਜਗ੍ਹਾ 'ਤੇ ਜਾ ਰਿਹਾ, ਪਰ ਅਸੀਂ ਘੋੜਾ ਲੈ ਕੇ ਨਹੀਂ ਜਾ ਰਹੇ ਕਿਉਂਕਿ ਅਸੀਂ ਆਪ ਹੀ ਘੋੜੇ ਅਰ ਗਏ ਹਾਂ। ਵਿਊ ਬਹੁਤ ਘੈਂਟ ਨੇ, ਗੱਲਾਂ ਮਾਰਦੇ ਇੰਜੋਏ ਕਰਦੇ ਜਾਵਾਂਗੇ, ਵਾਧੂ ਟਾਈਮ ਆ ਆਪਣੇ ਕੋਲ, ਵਾਧੂ ਦਿਨ ਨੇ, ਨੇੜੇ ਹੀ ਆ। ਇੱਕ ਜਾਣੇ ਦਾ ਨੀਚੇ ਮੰਗ ਰਹੇ ਸੀ ਇੱਕ ਜਾਣੇ ਦਾ 2000, ਉੱਪਰ ਆਏ ਕਹਿੰਦੇ 1500, ਹੁਣ ਕਹਿੰਦੇ 1700, ਫਿਰ ਕਹਿੰਦੇ ਤੁਸੀਂ ਦੱਸ ਦਿਓ ਕਿੰਨੇ 'ਚ ਜਾਊਂਗੇ। ਆਹ ਵਾਲੇ ਕਹਿਣ ਲੱਗਾ ਜੀ 800 ਲੈ ਲਓ ਜਾਂ 250 ਲੈ ਲਓ ਇੱਕ ਜਾਣੇ ਦਾ। ਮੈਂ ਕਿਹਾ ਇਹਨਾਂ ਨੇ ਇਹਦੇ ਵਿੱਚ ਵੀ ਮੰਨ ਜਾਣਾ, ਫਿਰ ਆਪਾਂ ਲੇਰ ਮਾਰਾਂਗੇ ਵੀ ਨਹੀਂ ਤੁਰ ਕੇ ਜਾਣਾ, ਕੀ ਫਾਇਦਾ ਉਹਨਾਂ ਟਾਈਮ ਘੋੜੇ 'ਤੇ ਜਾਣ ਦਾ। ਹਾਲੇ ਤੱਕ ਘੋੜਾ ਨਹੀਂ ਹੈਗਾ, ਨਾਲੇ ਘੋੜੇ ਵਰਗੇ ਹੋ ਗਧੇ ਤੇ ਬਹਿ ਕੇ ਜਾਵਾਂਗੇ। ਘੋੜੇ ਵੀ ਨਹੀਂ ਹੈਗੇ, ਗਧੇ ਨੇ, ਗਧੇ ਨੂੰ ਕਹੀ ਜਾਂਦੇ ਨੇ ਘੋੜੇ 'ਤੇ ਜਾਓਗੇ, ਘੋੜੇ 'ਤੇ ਜਾਓਗੇ ਤੁਸੀਂ ਐਂ ਚਲੋ ਵੀ ਗਧੇ 'ਤੇ ਜਾਓਗੇ। ਹਾਲੇ ਤਾਂ ਖੂਨ ਗਰਮ ਹੈ ਦਵਿੰਦਰ, ਮੈਂ ਹਾਲੇ ਤਾਂ ਖੂਨ ਗਰਮ ਨਹੀਂ, ਹਾਲੇ ਤਾਂ ਜਾ ਸਕਦੇ ਹਾਂ, ਨਾਲੇ ਵਧੀਆ ਟਰੈਕਿੰਗ ਦਾ ਐਕਸਪੀਰੀਅੰਸ ਵਾਧੂ ਹੋ ਜਾਂਦਾ, ਹੋਰ ਲੱਤਾਂ ਜਾਣ ਪੈ ਜਾਂਦੀ ਆ। ਊਂ ਤਾਂ ਸਾਰਾ ਦਿਨ ਕੰਮ ਕਰਦੇ ਨਹੀਂ ਹੈਗੇ, ਉਰੇ ਆ ਕੇ ਤਾਂ ਚੱਲ ਲਈਏ ਬਸ, ਉਰੇ ਸਾਹ ਵੱਧ ਚੜ੍ਹਦਾ ਉਚਾਈ ਕਰਕੇ, ਬਾਕੀ ਤਾਂ ਓਕੇ ਆ। ਕਹਿੰਦੇ 6 ਕਿਲੋਮੀਟਰ ਆ, 6 ਕਿਲੋਮੀਟਰ ਨੂੰ ਦਵਿੰਦਰ ਕੀ ਜਾਣਦਾ, ਚਾਹੇ ਉਰੇ ਬੈਠਾ ਹੋਵੇ ਅਗਲੇ ਪੱਥਰ 'ਤੇ। 6 ਪੁਆਇੰਟ ਦੇਖ ਕੇ ਆਉਣੇ ਨੇ ਪੂਰੇ, ਔਰ ਲੋਕਾਂ ਦੇ ਘਰ ਨੇ ਮਿੱਟੀ ਦੇ ਬਣਾ ਕੇ, ਪਹਿਲਾਂ ਡੰਡਿਆਂ ਦੇ ਬਣਾ ਕੇ ਮਿੱਟੀ ਨਾਲ ਲਿਪੇ ਹੋਏ ਨੇ।
ਥੋੜਾ ਬਹੁਤ ਰਸਤਾ ਸੀ ਕਰ ਚੁੱਕੇ ਆ ਕ੍ਰੋਸ, ਤੇ ਹੁਣ ਤੁਹਾਨੂੰ ਫਾਈਨਲੀ ਦਿਖਾਉਣੇ ਆ ਜਾਣਾ ਕਿੱਥੇ ਆ, ਆ ਸਾਰਾ ਪਹਾੜ ਚੜ੍ਹ ਕੇ ਜਾਣਾ। ਲਿਆ ਤਾਂ ਪੰਗਾ ਹੀ ਆ, ਆ ਪਹਾੜ ਦੇ ਉੱਧਰਲੇ ਪਾਸੇ ਆ ਜਾ ਕੇ। ਚੱਲ ਕੋਈ ਨਾ ਪਹੁੰਚ ਜਾਂਗੇ ਆਪਾਂ ਘੰਟੇ ਦੋ ਘੰਟੇ ਦੇ ਵਿੱਚ, ਇੰਨੇ ਮਾੜੇ ਵੀ ਨਹੀਂ ਹੈਗੇ ਘੰਟੇ 'ਚ। ਹਾਂ ਅੱਧਾ ਪੌਣੇ ਘੰਟੇ 'ਚ ਪਹੁੰਚ ਜਾਂਗੇ। ਸਪੀਡ ਤਾਂ ਤੇਰੀ ਤਾਂ ਜਿੰਨੀ ਕੁ ਰੱਖੇਗਾ, ਵੱਡੀਆਂ ਲੱਤਾਂ ਵਾਲੇ ਆ। ਸਾਨੂੰ ਆਉਂਦੇ ਜਾਂਦੇ ਸਾਰੇ ਜਾਣੇ ਕਹਿ ਕੇ ਜਾ ਰਹੇ ਨੇ ਕਿ ਤੁਸੀਂ ਵਧੀਆ ਡਿਸੀਜ਼ਨ ਲੈ ਲਿਆ, ਅਸੀਂ ਇਕੱਲੇ ਹੀ ਹਾਂ ਜਿਹੜੇ ਤੁਰ ਕੇ ਜਾ ਰਹੇ ਹਾਂ। ਪਾਣੀ ਜੰਮ ਓਏ, ਪਾਣੀ ਦੇ ਮਾਰ ਬਲੈਕ ਆਈਸ ਆ, ਅਸੀਂ ਬਲੈਕ ਆਈਸ ਬਣੀ ਹੋਈ, ਆਹ ਪਾਣੀ ਆ ਰਿਹਾ, ਆਹ ਸਾਰਾ ਪਾਣੀ ਜੰਮਿਆ ਪਿਆ ਦੇਖੋ। ਬੰਦੇ ਦੇ ਪੈਰਾਂ ਦੀ ਹੁੰਦੀਆਂ ਤਾਂ ਹੈਗੀਆਂ ਨੇ ਬੂਟਾਂ ਦੀਆਂ ਚੇਨਾਂ, 700-800 ਰੁਪਏ ਦੀ ਆ ਜਾਂਦੀਆਂ ਨੇ ਆਪਣੇ, ਚਾਹੇ ਉਦੋਂ ਵੀ ਸਸਤੀਆਂ ਹੋਣ, 100-150-200 ਦੀਆਂ, ਦਿੱਲੀ ਵਗੈਰਾ 100-200 ਦੀਆਂ ਆ ਜਾਂਦੀਆਂ ਨੇ। ਵਿਊ ਦੇਖੋ ਤੁਸੀਂ, ਨਾਲ ਨਾਲ ਸਾਡੇ ਰਿਵਰ ਨਹੀਂ ਕਹਿ ਸਕਦੇ ਇਹਨੂੰ, ਛੋਟਾ ਜਿਹਾ ਝਰਨਾ ਚੱਲ ਰਿਹਾ, ਜਮਾ ਛੋਟਾ ਜਿਹਾ, ਹੁਣ ਘਟਿਆ ਹੋਇਆ ਨਹੀਂ, ਬਹੁਤ ਫਲੋ ਹੁੰਦਾ ਇਹਦਾ ਗਰਮੀਆਂ ਦੇ ਵਿੱਚ, ਹੁਣ ਜਮਾ ਨਹੀਂ ਰਿਹਾ ਜਿਹੜਾ ਝਰਨਾ ਗਰਮੀਆਂ 'ਚ ਪੂਰਾ ਫੁੱਲ ਚੱਲਦਾ ਹੁੰਦਾ। ਉਹ ਨਹੀਂ ਹੁਣ ਪਿਘਲੇ ਕਿਵੇਂ, ਬਰਫ ਪਾਣੀ ਲੱਗ ਕੇ ਥੋੜੀ ਬਹੁਤ ਪਿਘਲ ਜਾਂਦੀ ਆ, ਇੰਨੀ ਕਿੰਨੀ ਪਿਘਲੀ ਜਾਵੇ, ਬਲੈਕ ਆਈਸ ਬਣੀ ਹੋਈ ਆ ਦਵਿੰਦਰਾ ਦੇਖ ਕੇ, ਸਾਰਾ ਪਾਣੀ ਆ ਚੋ ਚੋ ਕੇ ਬਰਫ ਬਣਿਆ ਪਿਆ। ਗਧੇ ਹੋਰ ਖਰਾਬ ਕਰੀ ਜਾਂਦੇ, ਸਲਿੱਪਰ ਹੀ ਕਰ ਜਾਂਦੇ ਨੇ ਇਹਨੂੰ, ਆਹ ਪਾਣੀ ਸਾਰਾ ਜੰਮਿਆ ਪਿਆ। ਮੈਂ ਬੂਟ ਵੀ ਸਨੀਕਰਸ ਪਾਏ, ਇੱਦੂ ਸਪੋਰਟਸ ਹੀ ਪਾ ਲੈਣੇ ਸੀ, ਕੀ ਪਤਾ ਸੀ ਵੀ ਇੱਧਰ ਨੂੰ ਆਵਾਂਗੇ। ਚੱਲ ਕੋਈ ਨਾ, ਇਹ ਸਾਡੇ ਤੋਂ ਮੂਹਰੇ ਸੀ, ਇਹਨੇ ਘੋੜੇ ਵੀ ਕੱਟ ਤੇ ਅੱਜ ਤਾਂ, ਅੱਜ ਤਾਂ ਘੋੜੇ ਵੀ ਕੱਟ ਤੇ ਆਪਾਂ ਤੋਂ ਮੂਹਰੇ ਸੀ, ਇਹ ਹੜ ਹੜ ਕਰਦੇ ਆਉਂਦੇ ਨੇ, ਆ ਖੜੇ ਨੇ ਹੇਠਾਂ ਜਾਣ ਵਾਲੇ, ਐਂ ਭੀੜ ਲੱਗ ਜਾਂਦੀ ਆ, ਜਾਮ ਹੋ ਗਏ। ਦਵਿੰਦਰ ਆ ਘੋੜਿਆਂ ਤੋਂ ਪਹਿਲਾਂ ਪਹੁੰਚਣਾ, ਪਹੁੰਚ ਗਏ ਬਸ, ਆ ਲੋਕ ਆ ਰਹੇ ਨੇ ਘੋੜਿਆਂ 'ਤੇ, ਬਸ ਇੰਨਾ ਕੁ ਰਸਤਾ ਸੀ। ਕਿੰਨੇ ਟਾਈਮ 'ਚ ਪਹੁੰਚ ਗਏ ਦਵਿੰਦਰ ਆ, ਹੈਂ ਓਏ ਕਿੰਨੇ ਟਾਈਮ 'ਚ ਪਹੁੰਚ ਗਏ, ਹੈਂ ਘੰਟੇ ਨਾਲੇ ਕਲੋਲਾ ਕਰਦੇ ਆਏ ਹਾਂ ਫਿਰ ਵੀ ਘੰਟੇ 'ਚ ਪਹੁੰਚ ਗਏ, ਕੁਛ ਵੀ ਨਹੀਂ ਹੈਗਾ ਯਾਰ ਲੋਕ ਉਈ, ਚੱਲ ਇਹਨਾਂ ਦੇ ਪੈਸੇ ਬਣ ਜਾਂਦੇ ਨੇ, ਉਈ ਲੋਕ ਆਉਂਦੇ ਨੇ। ₹15 ਮਿਲ ਗਈਆਂ ਟਿਕਟ, ਮਿੰਨੀ ਸਵਿਟਜ਼ਰਲੈਂਡ ਦੇਖ ਲੋ, ਆ ਲੋ ਵੀ ਦੇਖੋ ਮਿੰਨੀ ਸਵਿਟਜ਼ਰਲੈਂਡ ਦੇ ਨਜ਼ਾਰੇ, ਆ ਸੀ ਮਿੰਨੀ ਸਵਿਟਜ਼ਰਲੈਂਡ। ਹੁਣ ਤੂੰ ਕਹਿੰਦਾ, ਤੂੰ ਤਾਂ ਹਲੇ ਆਉਣ ਤੋਂ ਕਹਿੰਦਾ ਸੀ, ਹੁਣ ਕਹਿੰਦਾ ਘੈਂਟ ਆ ਨਾ ਦੇਖਣ ਨੂੰ,
ਥੋੜਾ ਜਿਹਾ ਵੀਰ ਜੀ ਥੋੜਾ ਜਿਹਾ ਜੈਜ ਕਰ ਲਿਆ ਕਰੋ, ਥੋੜੀ ਸ਼ਰਮ ਖਾ ਲਿਆ ਕਰੋ। ਇੰਨਾ ਸ਼ੁਕਰ ਆ ਆਪਣੇ ਦੇਖਦੇ ਜਿਹੜੇ ਆਪਣੇ ਆਪਣੇ ਬੰਦੇ ਨੇ, ਕੋਈ ਫਾਲਤੂ ਨੀ ਦੇਖਦੇ। ਨਹੀਂ ਨਹੀਂ ਇਹੋ ਜਿਹੀ ਗੱਲ ਲਿਖਿਆ ਕਰਨਗੇ ਨਾ, ਪੜ੍ਹਨ ਲੱਗੇ ਵੀ ਸ਼ਰਮ ਆ ਜਾਏਗਾ। ਕਮੈਂਟਾਂ ਨਾਲ ਓਏ ਵਧੀਆ, ਉਹਨੇ ਫਿਰ ਕਿਆ ਕਰੇਗਾ, ਡਿਲੀਟ ਕਰਦੇ ਫਟਾਫਟ। ਨਹੀਂ ਉਹ ਵਧੀਆ ਉਹ ਫਿਰ ਉਹਨਾਂ ਵੱਧ ਹੋ ਮਿਲਦਾ, ਕੀ ਕਹਿੰਦੇ ਨੇ ਵਿਊ ਵੱਧ ਮਿਲਦੇ ਨੇ, ਜਿੰਨਾ ਗੰਦ ਪਾੜੋ ਉਹਨੇ ਵਿਊ ਵੱਧ। ਹਾਂ ਵਧੀਆ, ਜਿੰਨੇ ਕਮੈਂਟ ਆਉਣਗੇ ਉਨੇ ਆਪਣ ਪੈਸੇ ਵਧੀਆ ਬਣਨਗੇ। ਨਹੀਂ ਸਰ ਜੇ ਕਾਰ ਟੁੱਟ ਗਈ ਬਸ ਆਹੀ ਆ ਇਹਨਾਂ ਦੇ ਕੱਪੜੇ ਦੇਖ ਕੇ ਕੀ ਪਹਿਰਾਵਾ। ਉਹ ਸਾਹਮਣੇ ਉਹ ਦੇਖ ਸਾਹਮਣੇ ਬਾਲ ਆ, ਉਹ ਤੈਨੂੰ ਬਾਲ ਚ ਬਿਠਾਈਏ। ਤੇ ਇਹਨਾਂ ਵੱਲ ਇੱਕੋ ਹੀ ਆ ਉਹੀ ਜਿਹੜਾ ਬਾਲਾਂ ਦੇ ਝੋਲੋ, ਉਹ ਜਿਹੜਾ ਸਾਹਮਣੇ ਨਹੀਂ ਹੈਗਾ ਜੇ ਉਹ ਟਰੈਂਕ ਲਾਦਾ ਹਨਾ, ਤੂੰ ਦੇਖ ਕੇ ਬੋਲਿਆ ਕਰ। ਉਹ ਜਿਹੜਾ ਉਹਦੇ ਜਿਹੜਾ ਉੱਤੇ ਨੂੰ ਜਾਂਦੇ ਨੇ ਉਹ ਜਾ ਕੇ ਦੇਖੇਗਾ। ਮੈਂ ਲਿਆ ਉਹ ਜ਼ਿੰਦਗੀ ਚ ਇੱਕ ਵਾਰ ਵੱਡੇ ਵਾਲਾ, ਨੋਰਮਲ ਜਿਹਾ ਉਹ ਚੱਕ ਕੇ ਮਾਰੇ ਉੱਤੇ ਵੱਡੇ ਵਾਲਾ ਉੱਤੇ ਜਾਵੇ ਹੁੰਦਾ। ਦੇਖ ਲਾ ਮੈਂ ਇਹੋ ਜਿਹਾ ਵੀ ਲੱਭ ਕੇ ਲੈ ਆਉਂਗੇ ਤੈਨੂੰ, ਅਸੀਂ ਤੂੰ ਬੈਠਣਾ ਨੀ ਤੂੰ ਕਹਿ ਮੁੱਛਾਂ ਹੀ ਇਹਨੂੰ ਵੱਡੇ ਦਿੰਦਾ ਤੂੰ ਮੈਨੂੰ ਦੇਖ ਕੇ। ਓਏ ਵਢਾਉਣੀਆਂ ਨੇ ਰਾਤ ਨੂੰ ਸੁੱਤੇ ਪਏ ਦੀ ਇਹੋ ਜਿਹੀ ਸ਼ੇਵ ਕਰੂੰ। ਆਹ ਸੀ ਡਰੈਸਿਸ ਬਣੀਆਂ ਹੋਈਆਂ, ਪਰ ਯਾਰ ਇੱਕ ਗੱਲ ਦੀ ਗਲਤ ਗੱਲ ਆ, ਸਾਰੀਆਂ ਡਰੈਸ ਕੁੜੀਆਂ ਵਾਸਤੇ ਨੇ, ਮੈਨੂੰ ਮੁੰਡਿਆਂ ਵਾਸਤੇ ਡਰੈਸ ਦੇਖ ਹੀ ਨਹੀਂ ਰਹੀ। ਮੁੰਡੇ ਨਾਲ ਹਮੇਸ਼ਾ ਪਾਰਸ਼ੈਲਿਟੀ ਹੋ ਜਾਂਦੀ ਆ। ਦਵਿੰਦਰਾ ਕੁੜੀਆਂ ਵਾਲੀ ਪਵਾ ਦਈਏ ਘੱਗਰਾ, ਮੁੰਡਿਆਂ ਵਾਸਤੇ ਕੋਈ ਡਰੈਸ ਨਹੀਂ ਬਣੀ ਯਾਰ। ਜਾਂ ਮੁੰਡੇ ਦੀਆਂ ਡਰੈਸਾਂ ਵੀ ਰੱਖ ਲਓ ਸਾਡੇ ਵਰਗੇ, ਵੀ ਪਾ ਕੇ ਫੋਟੋ ਖਿਚਾ ਲਵੇ। ਦਵਿੰਦਰ ਦੀ ਹੁਣੀ ਓਕੇ ਹਟੀ ਆ, ਇਹ ਉੱਥੇ ਬੈਠਾ ਸੀ ਉਹਦੇ 'ਤੇ ਬੈਂਚ 'ਤੇ, ਬਾਈ ਆ ਕੇ ਕਹਿੰਦੇ ਇੱਕ ਫੋਟੋ ਖਿੱਚ ਲੈਣ ਤੋਂ ਮੈਂ ਉੱਠ ਕੇ ਪਾਸੇ ਹੋ ਗਿਆ। ਕਹਿੰਦਾ ਹਾਂ ਫਟਾਫਟ ਬਾਈ ਆਉਂਦੀ ਫੋਟੋ ਖਿੱਚ ਦੇ। ਬਾਈ ਕਹਿੰਦੇ ਫੋਟੋ ਨਹੀਂ ਬਾਈ ਤੂੰ ਉੱਠੋ ਰਹੋ, ਫੋਟੋ ਖਿੱਚਣੀ ਆ ਸੀ। ਕੱਚਾ ਜਿਹਾ ਹੋ ਕੇ ਉੱਠ ਕੇ ਆ ਗਿਆ, ਮੈਂ ਤਾਂ ਪਹਿਲਾਂ ਹੀ ਉੱਠ ਕੇ ਸਾਈਡ 'ਤੇ ਹੋ ਗਿਆ ਸੀ। ਮੈਂ ਸਮਝ ਗਿਆ ਸੀ ਵੀ ਕੀ ਚੱਕਰ ਆ, ਕਿ ਉਹਨੇ ਫੋਟੋ ਖਿਚਾਉਣੀ, ਉਹਨਾਂ ਨੇ ਮੈਂਜੇ 'ਤੇ ਬੈਠ ਕੇ ਉਹ ਵੀ ਫੋਟੋ ਖਿਚਾਉਣ ਨੂੰ ਫਿਰਦੇ ਸੀ। ਦਵਿੰਦਰ ਕਹਿੰਦਾ ਚੱਲ ਬਾਈਆਂ ਦੀ ਫੋਟੋ ਖਿੱਚ ਦੇ। ਮੈਂ ਉੱਠ ਕੇ ਜਾ ਸਾਈਡ 'ਤੇ ਨੂੰ ਹੋ ਗਿਆ, ਉਹਨਾਂ ਨੇ ਦੇਖਿਆ ਵੀ ਉੱਠ ਨਹੀਂ ਰਿਹਾ, ਕਹਿੰਦੇ ਵੀਰੇ ਉੱਠ ਕੇ ਸਾਈਡ 'ਤੇ ਹੋ ਜਾ ਫੋਟੋ ਖਿੱਚਣੀ। ਭਈਆ ਕਹਿ ਗਏ ਹੋਰ ਕੀ ਹੋ ਸਕਦਾ ਜੀ, ਰਿਸਪੈਕਟ ਭਈਆ ਜੀ, ਪਤਾ ਹੀ ਆ ਸਾਰਿਆਂ ਨੂੰ ਕਿੰਨੀ ਇੱਜ਼ਤ ਆ ਤੇਰੀ। ਜਿਹੜੀ ਰੋਪ ਦੇ ਉੱਤੇ ਕਲਾਈਮ ਜਿਹਾ ਕਰਵਾਉਂਦੇ ਨੇ ਹਨਾ, ਇਹਦਾ ਪ੍ਰਾਈਜ਼ ਹੈਗਾ 350 ਰੁਪਇਆ ਪਰ ਪਰਸਨ। ਹੁਣ ਸਾਡਾ ਸਾਰਾ ਕੁਛ ਹੋ ਗਿਆ, ਥੋੜ੍ਹਾ ਟਾਈਮ ਬੈਠ ਲਏ, ਗੱਲਾਂ ਗੁੱਲਾਂ ਮਾਰਨੀਆਂ, ਪੰਗੇ ਲੈ ਲਏ ਇੱਕ ਦੂਜੇ ਦੇ ਨਾਲ, ਹੁਣ ਅਸੀਂ ਜਾਣ ਲੱਗੇ ਹਾਂ ਵਾਪਸ। ਵਾਪਸ ਜਾ ਕੇ ਆਪਾਂ ਪਹਿਲਾਂ ਮਾਰਕੀਟ ਦੇਖਾਂਗੇ ਪਹਿਲਗਾਮ ਦੀ, ਕੀ ਆ ਮਾਰਕੀਟ 'ਚ ਕੀ ਹੈਗਾ ਹਨਾ। ਇੱਕ ਦੋ ਚੀਜ਼ਾਂ ਲੈਣੀਆਂ ਸੀਗੀਆਂ ਉਹ ਲੈ ਲਵਾਂਗੇ, ਫਿਰ ਉਹ ਤੋਂ ਬਾਅਦ ਆਪਾਂ ਸਿੱਧਾ ਸ਼੍ਰੀਨਗਰ ਜਾਵਾਂਗੇ। ਜਾ ਕੇ ਜਾਂ ਹੋਟਲ ਲੈ ਲਵਾਂਗੇ ਜਾਂ ਦੇਖ ਲਵਾਂਗੇ ਜਿਵੇਂ ਵੀ ਆ। ਇੱਕ ਦਿਨ ਫਿਰ ਆਪਾਂ ਰਹਾਂਗੇ ਬੋਟ ਹਾਊਸ ਦੇ ਵਿੱਚ, ਅਤੇ ਕੱਲ੍ਹ ਨੂੰ ਤਾਂ ਜਾਣਾ ਆਪਾਂ ਮੰਡੋਲਾ ਰਾਈਡ ਕਰਨ ਗੁਲਮਾਰਗ। ਜੇ ਸੋਨਮਾਰਗ ਤੱਕ ਜਾਏਗਾ ਤਾਂ ਸੋਨਮਾਰਗ ਵੀ ਜਾਵਾਂਗੇ। ਤਾਂ ਹੁਣ ਇਹਨੂੰ ਬਾਏ ਬਾਏ ਕਰਕੇ ਆਪਾਂ ਜਾਣ ਲੱਗੇ ਹਾਂ ਵਾਪਸ। ਦਵਿੰਦਰ ਜੀ ਕਿੰਨੇ ਟਾਈਮ 'ਚ ਪਹੁੰਚਾਂਗੇ? ਹੁਣ ਤਾਂ 20 ਮਿੰਟ ਲੱਗਣਗੇ, ਹੈਂਡ ਬ੍ਰੇਕ ਚੈੱਕ ਕਰ। ਜੇ 20 ਮਿੰਟ ਨਾ ਲੱਗੇ ਫਿਰ ਨਹੀਂ, ਅੱਧਾ ਲੱਗ ਜੂ, ਚਲੋ ਚੜ੍ਹਨ ਲੱਗੇ ਤਾਂ ਯਾਰ ਵੱਧ ਟਾਈਮ ਲੱਗਣਾ, ਉੱਤਰਨ ਲੱਗੇ ਕੀ ਲੱਗਣਾ। ਇਹ ਵੀ ਠੀਕ ਆ, ਹੈਂਡ ਬ੍ਰੇਕਾਂ ਦੇ ਹੱਥ ਰੱਖਣਾ ਪੈਣਾ। ਚਲੋ ਹੁਣ ਤੁਹਾਨੂੰ ਰਸਤੇ ਜੇ ਕੁਛ ਹੋਇਆ ਵਧੀਆ ਦਿਖਾਉਣੇ ਆ, ਫਿਰ ਮਿਲਦੇ ਤੁਹਾਨੂੰ ਅੱਗੇ। ਖਾਣਾ ਤਾਂ ਨਹੀਂ ਕੁਛ ਪਤਾ?
ਜਦ ਕੈਮਰਾ ਆਨ ਕਰਦੇ ਉਹ ਚੀਕਾਂ ਪੈਣ ਫੜ ਜਾਂਦੀਆਂ ਨੇ, ਨਹੀਂ ਲੋਕਾਂ ਦੀਆਂ ਚੀਕਾਂ ਪੈਂਦੀਆਂ ਹੁੰਦੀਆਂ ਨੇ ਉਰੇ। ਅੱਖਾਂ ਬੰਦ ਕਰ ਲਓ ਕਹਿੰਦੇ। ਕੁੜੀਆਂ ਬਾਲੀਆਂ ਡਰਦੀਆਂ ਨੇ, ਬਾਲੀਆਂ ਨਜਾਇਜ਼। ਆ ਸੀ ਬਰਫ, ਆਈਸ ਬਣ ਗਈ 'ਚ ਪਾਣੀ ਆਉਂਦੇ ਆਉਂਦੇ ਦੀ, ਉੱਥੋਂ ਲੀਕ ਹੋ ਰਿਹਾ ਪਾਣੀ ਇਹ। ਲੋਕ ਕਿੰਨਾ ਜ਼ਿਆਦਾ ਕਿੱਚੜ ਹੋ ਚੁੱਕਿਆ, ਡਿੱਗ ਚੱਲੇ ਸੀ, ਕਿੱਚੜ ਦੇਖ ਲਓ ਕਿੰਨਾ ਹੋ ਚੁੱਕਿਆ। ਕਿੱਚੜ ਦੇਖੋ ਕਿੰਨਾ ਜ਼ਿਆਦਾ ਹੋ ਚੁੱਕਿਆ, ਜਮੇ ਗਾਰਾ ਬਣ ਚੁੱਕਿਆ, ਜਮੇ ਗਾਰਾ। ਹੋਰ ਥੋੜ੍ਹਾ ਜਿਹਾ ਪਾਣੀ ਹੋ ਗਿਆ, ਤੁਰ ਕੇ ਜਾਣ ਲਈ ਔਖਾ ਹੋ ਜਾਣਾ ਸੀ। ਉਹ ਜਵਾਕ ਗਿਰ ਗਿਆ ਸੀ, ਉਹਦਾ ਮੌਕੇ 'ਤੇ ਉਹਨਾਂ ਨੇ ਵੀ ਚੱਕਣ ਵਾਲਿਆਂ ਨੇ ਸਿੱਟ ਲਿਆ ਸੀ, ਜਾ ਕੇ ਫੜਨਾ ਪੈ ਗਿਆ। ਜੇ ਨਾ ਫੜਦਾ ਜਵਾਕ, ਜਵਾਕ ਵਾਸਤੇ ਜਾਂ ਤਾਂ ਅੱਡ ਕਰ ਲਓ, ਜਾਂ ਫਿਰ ਕੋਈ ਦੇਖ ਕੇ ਵਧੀਆ ਘੋੜਾ ਕਰੋ, ਮਾੜਾ ਜਿਹਾ ਨਾ ਕਰ ਲਓ, ਮਾੜੀ ਜਿਹੀ ਖੱਚਰ ਨਾ ਕਰ ਲਓ, ਵਧੀਆ ਕਰ ਲਓ। ਜਵਾਕ ਨੂੰ ਇਕੱਲੇ ਨੂੰ ਨਾ ਉੱਥੇ ਜਮਾਂ ਸਾਈਡ 'ਤੇ ਪਹਾੜੀ 'ਤੇ ਖੜਾ ਤਾ, ਜਿਹਦੇ ਕੋਲ ਨਾ ਜਾਂਦਾ ਇਹੋ ਜਿਹਾ ਗਿਰਦਾ ਉਹ ਪਾਪਾ ਪਾਪਾ ਕਰਕੇ ਦੋਵੇਂ ਬਾਹਾਂ ਅੱਗੇ ਨੂੰ ਕਰਕੇ ਸਿੱਧਾ ਛਾਲ ਮਾਰਨ ਲੱਗਿਆ ਸੀ। ਨਾ ਘੋੜੇ ਵਾਲਾ ਕੋਲ ਸੀ, ਘੋੜੇ ਵਾਲਾ ਖੱਚਰ ਸੈੱਟ ਕਰ ਰਿਹਾ ਸੀ, ਉਹਨੂੰ ਕੌਣ ਫੜਦਾ ਸੀ, ਸੱਟ ਲੱਗ ਜਾਂਦੀ ਜਵਾਕ ਦੇ। ਫਾਈਨਲੀ ਅਸੀਂ ਟਰੈਕ ਤੋਂ ਨੀਚੇ ਆ ਗਏ ਅਤੇ ਹੁਣ ਅਸੀਂ ਜਾਣ ਲੱਗੇ ਹਾਂ ਮਾਰਕੀਟ 'ਚ ਦੇਖਣ ਦੇ ਲਈ। ਇੱਕ ਤਾਂ ਯਾਰ ਅਸੀਂ ਛੋਟਾ ਲੈਣਾ, ਉਹ ਕੀ ਹੁੰਦਾ ਦਵਿੰਦਰਾ, ਉਹ ਹੀਟਰ ਜਿਹੜਾ ਛੋਟੇ ਗੈਸ ਵਾਲੇ, ਜਿਹੜੇ ਕੈਂਪਿੰਗ ਵਾਲੇ ਨਹੀਂ ਹੁੰਦੇ ਛੋਟੇ ਕੇਨ ਪਾ ਕੇ, ਉਹਨਾਂ 'ਚ ਹੀਟਰ ਚੱਲ ਪੈਂਦਾ, ਉਹ ਕੈਂਪਿੰਗ 'ਚ ਬਹੁਤ ਹੈਲਪ ਕਰਿਆ ਕਰੂਗਾ। ਉਹ ਦੇਖਣ ਜਾ ਰਹੇ ਹਾਂ, ਉਹਨਾਂ ਵਿਊ ਦੇਖੋ। ਓਏ ਕੀ ਹੋ ਗਿਆ, ਫੋਨ ਨਾ ਚਲਾਓ, ਉੜ ਗਿਆ ਸੀ। ਹੁਣ ਤੁਹਾਨੂੰ ਮਿਲਦੇ ਹਾਂ ਅਸੀਂ ਮਾਰਕੀਟ ਦੇ ਵਿੱਚ ਜਾ ਕੇ, ਫਿਰ ਦਿਖਾਉਣੇ ਅੱਗੇ ਮਾਰਕੀਟ। ਆ ਲਓ ਜੀ, ਪਹੁੰਚ ਚੁੱਕੇ ਆਪਾਂ ਮੇਨ ਬਾਜ਼ਾਰ ਦੇ ਵਿੱਚ, ਜਿਹੜੀ ਆ ਮੇਨ ਰੋਡ ਜਾਂਦੀ ਆ, ਜਿਹੜੀ ਆ ਰੋਡ ਜਾਂਦੀ ਆ, ਆਹ ਸਾਰਾ ਮੇਨ ਬਾਜ਼ਾਰ ਆ, ਐਂਡ ਤੱਕ ਤੁਹਾਨੂੰ ਦਿਖਾਉਣੇ ਆ। ਪਹੁੰਚ ਗਏ ਪਹਿਲੇ ਇੱਧਰ ਨੂੰ, ਆਪਾਂ ਟਰੈਕ 'ਤੇ ਨੂੰ ਗਏ ਸੀ, ਉਹਦੇ ਕੋਲ ਸ਼ੋਪ ਸੀਗੀਆਂ, ਅਸੀਂ ਕੌਫੀ ਕੂਫੀ ਪੀਣ ਆ ਗਏ ਸੀਗੇ, ਇੱਕ ਖਾਲਸਾ ਕਰਕੇ ਢਾਬਾ, ਉੱਥੇ ਕੌਫੀ ਪੀਣ ਆ ਗਏ ਸੀਗੇ। ਆਪਾਂ ਉਹ ਸਾਹਮਣੇ ਆ ਜਿੱਥੇ ਲਿਖਿਆ ਹੋਇਆ, ਉੱਥੇ ਜਿਹੜਾ ਸਾਹਮਣੇ ਹੱਟ ਬਣੀ ਹੋਈ ਆ, ਉੱਥੇ ਸੀਗਾ ਜਿੱਥੇ ਆਪਾਂ ਸੁਬਹਾ ਥਾਲੀ ਖਾਧੀ ਸੀਗੀ। ਆਹ ਇੱਕ ਛੋਟੀ ਜਿਹੀ ਮਾਰਕੀਟ ਲੱਗੀ ਹੋਈ ਆ, ਹੈਗਾ ਇੰਨਾ ਕੁਛ ਤਾਂ ਹੈਗਾ ਯਾਰ, ਦੇਖ ਛੋਟੇ ਛੋਟੇ ਸਮਾਨ। ਮੰਨ ਲਿਆ ਚੀਜ਼ ਫੈਕਟਰੀ, ਚੀਜ਼ ਦਾ ਸਮਾਨ ਪਿਆ, ਮੋਮੋਸ, ਚਿਕਨ ਮੋਮੋਸ। ਦੇਖ ਲਾ ਪੁੱਤ ਜੇ ਕੁਛ ਖਾਣ ਪੀਣਾ, ਚਿਕਨ ਮੋਮੋਸ ਨਹੀਂ ਖਾਣੇ, ਚਿਕਨ ਫਿਸ਼ ਫਰਾਈ, ਫਿਸ਼ਾਂ ਦੇ ਕਹਿ ਦੀਆਂ ਨੇ। ਸਟਾਲਸ ਕੁਛ ਨਹੀਂ ਹੈਗਾ, ਇਹ ਤਾਂ ਪਾਗਲ ਯਾਰ ਸਰ, ਕੱਲ੍ਹ ਰਾਤ ਉਰੇ ਗਾਣੇ ਚੱਲਦੇ ਸੀ, ਉਰੇ ਡੈੱਕ ਲੱਗਿਆ ਹੋਇਆ ਸੀ ਅਤੇ ਪੂਰੇ ਵਧੀਆ ਗਾਣੇ ਚੱਲ ਰਹੇ ਸੀ, ਚੱਕਵੇਂ ਹਿੰਦੀ, ਤੂੰ ਨੱਚਣ ਆਇਆ ਨਹੀਂ। ਪਹੁੰਚ ਚੁੱਕੇ ਆਪਾਂ ਮੇਨ ਮਾਰਕੀਟ ਦੇ ਵਿੱਚ, ਹੁਣ ਤੁਹਾਨੂੰ ਦਿਖਾਉਂਦੇ ਹਾਂ ਉਰੇ ਜਵੈਲਰੀ ਮਿਲਦੀ ਹੈ ਇਸ ਟਾਈਪ ਦੀ,
ਅਲੱਗ ਅਲੱਗ ਬਹੁਤ ਸੋਹਣੇ ਸੋਹਣੇ ਆ ਤਾਬੀਜ਼ ਜੇ ਵੀ ਪਏ ਨੇ ਗਲਾਂ 'ਚ ਪਾਉਣ ਵਾਲੇ ਸੋਹਣੇ ਨੇ ਨਾ। ਆਹ ਸੀ ਮਾਰਕੀਟ ਸਾਰੀ, ਆਹ ਖੜੀ ਆ ਆਪਣੀ ਜਿਪਸੀ, ਉਹ ਸਾਹਮਣੇ ਹੋਟਲ ਆ ਉਹ ਜਿੱਥੇ ਸਕੇਅਰ ਜਿਹਾ ਬਣਿਆ ਹੋਇਆ ਉਹ 'ਚ ਅਸੀਂ ਰੁਕੇ ਸੀਗੇ ਰਾਤ ਨੂੰ, ਜਿੱਦਾਂ ਲੱਕੜ ਜਿਹੀ ਦਾ ਬਣਿਆ ਹੋਇਆ ਸਾਰਾ। ਪੁੱਤ ਕੀ ਕਰਦਾ ਕਿੱਥੇ ਕਿੱਧਰ ਨੂੰ? ਸਮਾਨ ਤਾਂ ਰੱਖਦੇ, ਇੱਕ ਮਿੰਟ ਉਹਦੇ ਆ ਜਾ, ਉਹਦੇ ਪੁੱਛ ਤਾਂ ਆਈਏ ਨਾਲੇ ਥੋੜ੍ਹਾ ਮਾਰਕੀਟ ਦਾ ਗੇੜਾ ਕੱਢ ਲਈਏ। ਆਹ ਸੀ ਪੈਰਾਡਾਈਜ਼ ਹੋਟਲ 'ਚ ਰੁਕੇ ਸੀ ਅਸੀਂ ਰਾਤ ਨੂੰ, ਪੈਰਾਡਾਈਜ਼ ਪੈਰਾਡਾਈਜ਼ ਆਲੇ ਹੋਟਲ 'ਚ ਰੁਕੇ ਸੀ। ਲੱਕੜ ਦਾ ਇਹ ਕੁਛ ਨਹੀਂ ਕਰਦੇ, ਲੈਂਟਰ ਬਣਾ ਕੇ ਨਾ ਲੈਂਟਰ ਲਾ ਕੇ ਉਹ ਤੋਂ ਬਾਅਦ ਸਿੱਧਾ ਉਹ ਕਰ ਦਿੰਦੇ ਨੇ ਉੱਤੇ ਲੱਕੜ ਦੀਆਂ, ਅਸਲੇ ਟਹੀਆਂ ਲਾ ਦਿੰਦੇ ਨੇ ਲੱਕੜ ਦੀਆਂ ਬਣੀਆਂ ਹੋਈਆਂ। ਦਵਿੰਦਰ ਦੇਖਣੀ ਆ ਕਰੋਕਰੀ ਜਿਹੀ ਲੱਕੜ ਦੀ ਹੋਏ, ਆ ਜਾ ਦੇਖ ਤਾਂ ਲਈਏ ਪਤਾ ਤਾਂ ਲੱਗੇ ਕੀ ਰੇਟ ਦੇ। ਆ ਜਾ ਇੱਕ ਮਿੰਟ ਲੱਗਣਾ, ਚੱਲ ਜਾ ਫਿਰ ਇੱਕ ਮਿੰਟ ਅੱਗੇ ਕਿਹੜਾ ਕੱਢਿਆ ਮੈਂ ਦੇਖ ਦੋ। ਕਹਿੰਦੇ ਠੰਡ 'ਚ ਠੰਡ ਲਵਾਉਣੀ ਆ, ਦਵਿੰਦਰ ਜੀ ਲੈਣ ਗਏ ਨੇ ਆਈਸਕ੍ਰੀਮ। ਇੱਕ ਅੱਗੇ ਯਾਰ ਪਰਸ ਦੀ ਸ਼ੌਪ ਆ, ਤੁਹਾਨੂੰ ਦਿਖਾਉਣਾ ਕੁੜੀਆਂ ਦੇ ਬਹੁਤ ਸੋਹਣੇ ਸੋਹਣੇ ਪਰਸ ਪਏ ਨੇ ਉੱਥੇ। ਮੈਂ ਤਾਂ ਦਵਿੰਦਰ ਨੂੰ ਕਿਹਾ ਕਿ ਸਾਡੀ ਭਾਬੀ ਵਾਸਤੇ ਲੈ ਲਾ, ਪਰ ਮੰਨਦਾ ਨਹੀਂ। ਮੈਂ ਦੱਸ ਰਿਹਾ ਸੀ, ਮੈਂ ਕਿਹਾ ਚੋਕਲੇਟ ਮੈਂ ਦੱਸਦਾ ਰਿਹਾ ਸੀ, ਮੈਂ ਇਹਨਾਂ ਨੂੰ ਦੱਸ ਰਿਹਾ ਸੀ, ਮੈਂ ਕਿਹਾ ਅੱਗੇ ਇੱਕ ਪਰਸ ਦੀ ਬਹੁਤ ਵਧੀਆ ਦਿਖਾਉਣਾ। ਮੈਂ ਦਵਿੰਦਰ ਨੂੰ ਕਿਹਾ ਭਾਬੀ ਵਾਸਤੇ ਲੈ ਲਾ, ਸਾਡੀ ਵਾਸਤੇ। ਫਿਰ ਉਹਨੇ ਕਹਿਣਾ ਤਾਂ ਲੈ ਕੇ ਨਹੀਂ ਆਇਆ ਮੇਰੇ ਵਾਸਤੇ। ਓਏ ਦਵਿੰਦਰ ਹੁਣ ਬੋਲਦਾ ਨਹੀਂ, ਇਹਨੂੰ ਪਤਾ ਮੈਂ ਕਹੂੰਗਾ ਪਰਸ ਦੇਖ ਲਾ ਭਾਬੀ ਦੇ ਲਈ। ਸੋਰੀ ਯਾਰ, ਮੈਨੂੰ ਨਾ ਵੀਡੀਓ ਬੰਦ ਕਰਨੀ ਪੈ ਗਈ ਸੀ ਕਿਉਂਕਿ ਦਵਿੰਦਰ ਨੇ ਫਿਰ ਉਨਾ ਟਾਈਮ ਲੈਣਾ ਨਹੀਂ ਸੀ ਪਰਸ, ਤਾਂ ਕਰਕੇ ਮੈਨੂੰ ਵੀਡੀਓ ਬੰਦ ਕਰਨੀ ਪੈ ਗਈ। ਹੁਣ ਉਹ ਲੁਕਾਉਣ ਲੱਗਿਆ ਹੋਇਆ ਪਰਸ, ਭੱਜ ਕੇ ਆ ਗਿਆ ਲੈ ਕੇ, ਕਹਿੰਦਾ ਫੇਰ ਆਈ। ਅਤੇ ਇੱਧਰ ਆਈਸਕ੍ਰੀਮ ਚੱਲ ਰਹੀ ਆ ਠੰਡੇ ਠੰਡੇ, ਉਹਨੇ ਲੁਕੋ ਲਿਆ ਪਰਸ। ਹੈਂ, ਖੁਸ਼ ਹਾਂ? ਨਹੀਂ ਦਿਖਾਉਣਾ, ਲੋਕ ਦੇਖ ਲੈਣਗੇ ਫਿਰ ਕੀ ਹੋਜੂ, ਹੱਦ ਕਰਤੀ ਆ, ਕਾਪੀ ਕਰ ਲੈਣਗੇ। ਹੈ ਵੀ ਜਿਹੜੀ ਸਾਡੀ ਭਾਬੀ ਕੋਲ ਚੀਜ਼ ਆ ਉਹ ਕਿਸੇ ਹੋਰ ਕੋਲ ਨਹੀਂ ਹੋਣੀ ਚਾਹੀਦੀ। ਸੋਰੀ ਯਾਰ, ਮੈਨੂੰ ਨਾ ਵੀਡੀਓ ਬੰਦ ਕਰਨੀ ਪੈ ਗਈ ਸੀ ਕਿਉਂਕਿ ਦਵਿੰਦਰ ਨੇ ਫਿਰ ਉਨਾ ਟਾਈਮ ਲੈਣਾ ਨਹੀਂ ਸੀ ਪਰਸ, ਤਾਂ ਕਰਕੇ ਮੈਨੂੰ ਵੀਡੀਓ ਬੰਦ ਕਰਨੀ ਪੈ ਗਈ। ਹੁਣ ਉਹ ਲੁਕਾਉਣ ਲੱਗਿਆ ਹੋਇਆ ਪਰਸ, ਭੱਜ ਕੇ ਆ ਗਿਆ ਲੈ ਕੇ, ਕਹਿੰਦਾ ਫੇਰ ਆਈ। ਅਤੇ ਇੱਧਰ ਆਈਸਕ੍ਰੀਮ ਚੱਲ ਰਹੀ ਆ ਠੰਡੇ ਠੰਡੇ, ਉਹਨੇ ਲੁਕੋ ਲਿਆ ਪਰਸ। ਹੈਂ, ਖੁਸ਼ ਹਾਂ? ਨਹੀਂ ਦਿਖਾਉਣਾ, ਲੋਕ ਦੇਖ ਲੈਣਗੇ ਫਿਰ ਕੀ ਹੋਜੂ, ਹੱਦ ਕਰਤੀ ਆ, ਕਾਪੀ ਕਰ ਲੈਣਗੇ। ਹੈ ਵੀ ਜਿਹੜੀ ਸਾਡੀ ਭਾਬੀ ਕੋਲ ਚੀਜ਼ ਆ ਉਹ ਕਿਸੇ ਹੋਰ ਕੋਲ ਨਹੀਂ ਹੋਣੀ ਚਾਹੀਦੀ। ਇਹੋ ਜਿਹੀਆਂ ਗੱਲਾਂ ਹੋ ਗਈਆਂ, ਹੁਣ ਦੇਖ ਲਓ ਤੂੰ ਚਲਾਏਗਾ ਮੈਂ ਚਲਾਵਾਂ? ਕਿਉਂ ਚਲਾ ਲਾ, ਗੇਅਰ ਪਾ ਕੇ ਨਾ ਚਲਾ ਦੀ, ਹੋਰ ਨਿਊਟਰ ਲਾ, ਨਿਊਟਰ ਚੱਕ ਦੇਵੇ। ਹੈ ਰੇਸ ਨਹੀਂ ਉਹਦੇ, ਚਾ ਚੌਕ 'ਚ ਹੁੰਦੀ ਆ ਪਹਿਲਾਂ ਸਟਾਰਟ ਹੋ ਗਈ। ਚਲੋ ਹੁਣ ਚੱਲੀਏ ਆਪਾਂ ਸ਼੍ਰੀਨਗਰ ਨੂੰ, ਫਿਰ ਤੁਹਾਨੂੰ ਜਾ ਕੇ ਹੁਣ ਸ਼੍ਰੀਨਗਰ ਮਿਲਦੇ ਹਾਂ। ਪਹਿਲਗਾਮ ਦੀ ਮਾਰਕੀਟ ਦੇਖਣ ਤੋਂ ਬਾਅਦ 'ਚ ਉੱਥੋਂ ਆਪਾਂ ਚੱਲ ਪਏ ਸੀਗੇ, ਹੀਟਰ ਦਾ ਪ੍ਰਾਈਜ਼ ਪੁੱਛਿਆ ਸੀ ਉਹਨਾਂ ਕੋਲੇ, ਉਹ ਵਾਲਾ ਹੀਟਰ ਨਹੀਂ ਸੀ, ਛੋਟਾ ਜਿਹੜਾ ਸਾਨੂੰ ਚਾਹੀਦਾ ਸੀ ਜਿਹ 'ਚ ਕੈਂਪਿੰਗ ਵਾਲੇ ਸਟੋਵ ਲੱਗ ਜਾਂਦੇ ਨੇ ਪੋਰਟੇਬਲ, ਉਹਨਾਂ ਕੋਲ ਦੂਸਰਾ ਸੀ ਜਿਹੜਾ ਸਿਲੰਡਰ ਨਾਲ ਅਟੈਚ ਹੋ ਜਾਂਦਾ, ਤਾਂ ਆਪਾਂ ਨੂੰ ਚਾਹੀਦਾ ਨਹੀਂ ਸੀ। ਹੁਣ ਦੇਖਦੇ ਹਾਂ ਕੋਈ ਜੁਗਾੜ ਲਾਉਣਾ ਪਊਗਾ, ਅਤੇ ਹੁਣ ਆਪਾਂ ਜਾਣ ਲੱਗੇ ਹਾਂ ਉਹ ਸਿੱਧਾ ਸ਼੍ਰੀਨਗਰ ਨੂੰ। ਆਪਾਂ ਚੱਕ ਕੇ ਜਿਪਸੀ ਤੁਰ ਪਏ ਹਾਂ ਸਿੱਧਾ ਸ਼੍ਰੀਨਗਰ ਨੂੰ,
ਰਸਤੇ 'ਚ ਵਿਊ ਵਿੱਚ ਵਿੱਚ ਬਹੁਤ ਵਧੀਆ ਵਧੀਆ ਆ ਰਹੇ ਨੇ, ਪਰ ਸਾਨੂੰ ਐਂ ਕਿ ਹੁਣ ਫਟਾਫਟ ਪਹੁੰਚ ਜਾਈਏ ਕਿਉਂਕਿ ਲੋਕ ਨਿਊ ਈਅਰ ਕਰਕੇ ਕਾਫੀ ਆ ਰਹੇ ਨੇ ਕਿ ਬਾਅਦ 'ਚੋਂ ਕਿਤੇ ਹੋਟਲ ਵਗੈਰਾ ਲੈਣ ਦੇ ਵਿੱਚ ਦਿੱਕਤ ਆ ਜਾਵੇ, ਤਾਂ ਉਹਦੇ ਕਰਕੇ ਖਿੱਚੀ ਜਾ ਰਹੇ ਹਾਂ। ਬਾਕੀ ਵਧੀਆ ਸੀ, ਠੀਕ ਆ ਪਹਿਲਗਾਮ ਵੀ, ਜਾਂ ਤਾਂ ਮੇਰੇ ਹਿਸਾਬ ਦੇ ਨਾਲ ਜਾਂ ਤਾਂ ਪਹਿਲਗਾਮ ਆਉਣਾ ਚਾਹੀਦਾ ਜਦੋਂ ਪੂਰੀ ਸਨੋਅ ਪੈ ਰਹੀ ਆ ਸਨੋਅ ਦੇ ਵਿੱਚ, ਜਾਂ ਫਿਰ ਆਉਣਾ ਚਾਹੀਦਾ ਜਮੀ ਗਰਮੀਆਂ ਦੇ ਵਿੱਚ ਜਦੋਂ ਪੂਰੀ ਗ੍ਰੀਨਰੀ ਆ ਉੱਥੇ। ਹੁਣ ਉੱਥੇ ਘਾਹ ਵਗੈਰਾ ਥੋੜ੍ਹਾ ਬਹੁਤ ਨਾ ਸੁੱਕਿਆ ਪਿਆ ਸੀ, ਮਤਲਬ ਉਨੇ ਵਧੀਆ ਵਿਊ ਨਹੀਂ ਹੈ। ਜਾਂ ਤਾਂ ਹੁਣ ਸਨੋਅ ਆਈ ਤੇ ਪੂਰੇ ਵਧੀਆ ਵਿਊ ਆਉਣਗੇ, ਜਾਂ ਫਿਰ ਵਿਊ ਆਉਣਗੇ ਜਦੋਂ ਜਮੇ ਧੁੱਪ ਵਾਲਾ ਟਾਈਮ ਹੋਊਗਾ, ਗਰਮੀਆਂ ਹੋਣਗੀਆਂ। ਮੈਨੂੰ ਵੀ ਐਂ ਲੱਗਿਆ ਸੀ ਕਿ ਮੂਹਰੇ ਉਹ ਆ ਬੈਰੀਗੇਟਸ ਨੇ, ਪਰ ਮੈਨੂੰ ਲੱਗਦਾ ਹੈ ਨਹੀਂ ਗੇ, ਉਹ ਤਾਂ ਵੈਸੇ ਹੀ ਲੋਕ ਖੜੇ ਨੇ। ਦਵਿੰਦਰ ਜੀ, ਤੁਸੀਂ ਆਪਦਾ ਪਹਿਲਗਾਮ ਨੂੰ ਲੈ ਕੇ ਕੀ ਵਿਚਾਰ ਦੇਣਾ ਚਾਹੋਗੇ? ਵਧੀਆ ਯਾਰ, ਦੇਖਣਾ ਚਾਹੀਦਾ, ਵਧੀਆ ਆਉਣਾ ਚਾਹੀਦਾ। ਕਸ਼ਮੀਰ ਲੱਗਿਆ, ਜੇ ਬਰਫ਼ ਹੋਵੇ ਪਈ ਹੋਵੇ ਫਿਰ ਤਾਂ ਬਾਹਲਾ ਹੋਰ ਵੀ ਘੈਂਟ ਕਰ ਦਿੰਦਾ, ਜੇ ਬਰਫ਼ ਹੋਵੇ ਹੋਰ ਵੀ ਘੈਂਟ ਹੋ ਜਾਣਾ। ਹੁਣ ਦੇਖਦੇ ਹਾਂ, ਕੱਲ੍ਹ ਨੂੰ ਸੋਨ ਮਾਰ ਗਏ ਹਾਂ ਗੁਲਮਾਰਗ ਕਿਤੇ ਜਾਂਦੇ ਹਾਂ, ਫਿਰ ਇੱਕ ਦਿਨ ਆ ਕੇ ਬੋਟ 'ਚ ਰਹਾਂਗੇ ਵਧੀਆ ਵਾਲਾ, ਜਾਂ ਦੇਖਦੇ ਹਾਂ, ਜਾਂ ਹੁਣ ਦੇਖਦੇ ਹਾਂ ਕੀ ਪਤਾ ਹੁਣ ਨਿਊ ਜੇ ਸਸਤੇ 'ਚ ਪੈ ਗਈ, ਹੁਣ ਨਿਊ ਈਅਰ ਵਾਲੇ ਦਿਨ ਵਾਸਤੇ ਕੋਈ ਬੋਟ ਉਦਣ ਲਈ ਬੁੱਕ ਕਰਾ ਲਈਏ, ਫਿਰ ਨਿਊ ਈਅਰ ਚੰਗਾ ਬੋਟ 'ਚ ਮਨਾ ਲਾਂਗੇ। ਅਤੇ ਹੁਣ ਚੱਲਦੇ ਹਾਂ, ਤੁਹਾਨੂੰ ਮਿਲਦੇ ਹਾਂ ਅੱਗੇ ਜਾ ਕੇ, ਹੁਣ ਸ਼੍ਰੀਨਗਰ ਜਾ ਕੇ ਕਰਦੇ ਹਾਂ। ਜੇ ਰਸਤੇ 'ਚ ਕੋਈ ਚੀਜ਼ ਦਿਖਾਉਣ ਵਾਲੀ ਆਈ ਜਾਂ ਅਸੀਂ ਰੁਕੇ ਚਾਹ ਚੂਹ ਵਾਸਤੇ ਤਾਂ ਫਿਰ ਤੁਹਾਨੂੰ ਦੱਸਾਂਗੇ। ਆ ਜਿਹੜੇ ਸਾਰੇ ਨੇ ਨਾ ਯਾਰ, ਆਹ ਸਾਰੇ ਸਿਉਂਾਂ ਦੇ ਬਾਗ ਨੇ, ਪਿੱਛੇ ਇੱਕ ਜਗ੍ਹਾ ਤੇ ਲੱਗੇ ਵੀ ਹੋਏ ਸੀ, ਆ ਰੱਖੇ ਹੋਏ ਨੇ ਸਿਉਂ। ਪੁੱਛੇ ਕੀ ਛੱਡਿਆ ਹੋਇਆ? ਆ ਸੀ ਦੋ ਤਿੰਨ ਬੂਟੇ, ਆ ਸੀ ਦੋ ਤਿੰਨ ਬੂਟੇ ਛੱਡੇ ਹੋਏ ਨੇ। ਆ ਸੀ ਸਰ, ਆ ਸਾਰੇ ਐਪਲ ਦੇ ਨੇ ਤੇ ਆ ਪ੍ਰੋਡਕਟਸ ਨੇ। ਇੱਕ ਇੱਕ ਪੇੜ ਕੋ ਕਿਤਨਾ ਫਲ ਲੱਗ ਜਾਤਾ ਹੈ? ਇੱਕ ਪੇੜ ਕੋ ਯੂਜੂਅਲੀ ਲੱਗਤਾ ਹੈ ਸਰ, ਅਗਰ ਯੇ ਵਾਲਾ ਦੇਂਗੇ ਤੋ 15 ਸਰ। ਇਹ ਸਾਰੇ ਆਪਕੇ ਖੁਦ ਕੇ ਰੈਡੀ ਕੀ ਹੋਏ ਹੈ? ਕੋਈ ਬਾਤ ਨਹੀਂ ਸਰ, ਜੂਸ ਬਣਾ ਕੇ ਦੂੰ ਕਿਆ ਸਰ? ਨਹੀਂ ਨਹੀਂ ਸਰ, ਥੈਂਕ ਯੂ, ਆਪ ਲੀਜੀਏ, ਕੋਈ ਦਿੱਕਤ ਨਹੀਂ, ਨਹੀਂ ਕੋਈ ਪੈਸਾ ਨਹੀਂ, ਨਹੀਂ ਨਹੀਂ ਸਰ, ਵੋ ਬਾਤ ਨਹੀਂ ਹੈ ਸਰ, ਲੀਜੀਏ ਸਰ, ਆਪਕਾ ਅਗਰ ਪੀ ਕੇ ਵੀ ਮਜ਼ਾ ਨਹੀਂ ਆਏਗਾ, ਕੋਈ ਪੈਸਾ ਹੀ ਨਹੀਂ, ਅਗਰ ਯਹੀ ਲੈਣਾ ਚਾਹਤੇ ਹੋ ਯਹ ਵੀ ਹੈ ਸਰ, ਦੇਖੋ ਕਰ ਕਿ 3-4 ਡੇਟ ਤੱਕ, 3-4 ਤਾਰੀਖ ਤੱਕ ਆਏਗੀ। ਹਾਂ ਵਹੀ ਜੀ, ਮੈਂ ਕਹਿ ਰਹਾ ਹੂੰ, 3 ਤੱਕ ਸਰ, ਅਗਰ 3 ਤੱਕ ਆ ਜਾਏ ਤਾਂ ਵੇਟ ਕਰ ਲਾਂਗੇ। ਨਹੀਂ, ਇਸ ਟਾਈਮ ਤੱਕ ਤਾਂ ਸਨੋਅ ਹੁੰਦੀ ਹੈ ਨਾ ਯਹਾਂ ਪੇ, ਹਾਂ ਹੋ ਜੀ ਜੀ 100%, ਹਮ ਉਸੀ ਹਿਸਾਬ ਸੇ ਆਏ ਥੇ ਪਰ ਖਰਾਬ ਹੋ ਗਿਆ ਕੰਮ। ਯੇ ਡਾਲ ਕੇ ਸਰ, ਕਿਆ ਰੈਡ ਵਾਲਾ? ਹਾਂ ਰੈਡ ਵਾਲਾ ਵੀ ਡਾਲ ਦੋ, ਬਸ ਕੇ ਜੀ ਕਰ ਦੇਣਾ ਸਰ। ਜੂਸ ਦਾ ਕੀ ਪ੍ਰਾਈਸ ਹੁੰਦਾ ਹੈ ਸਰ ਆਪਕੇ? 50 ਰੁਪਏ ਓਨਲੀ, ਵਿਦਆਊਟ ਸ਼ੂਗਰ, ਸਾਲਟ, ਕੈਮੀਕਲ ਵਾਟਰ, ਪੀ ਕੇ ਵੀ ਮਜ਼ਾ ਨਹੀਂ ਆਏਗਾ, ਕੋਈ ਪੈਸਾ ਨਹੀਂ ਸਰ। ਸਾਰੀ ਗਰਮੀਆਂ ਲੱਗ, ਕਿੰਨੇ ਸਾਲ ਪੁਰਾਣਾ ਬਾਗ ਹੈ ਯੇ? ਹਾਂ 30 30 ਸਾਲ ਹੋ ਗਏ। ਕਿਤਨਾ ਟਾਈਮ ਕਿਤਨਾ ਟਾਈਮ ਚਲਤਾ ਹੈ ਇਹ ਬਾਗ? 60 ਇਅਰਸ ਸਰ। ਕਿੰਨੇ ਸਾਲ? ਠੀਕ ਹੈ ਸਰ, ਬਸ ਚਲ ਜਾਂਦਾ ਹੈ। ਯੈਸ ਸਰ। ਪੇੜ ਲਗਾਉਣੇ ਕੇ ਬਾਅਦ ਕਿਤਨੇ ਸਾਲ? 5 ਸਾਲ ਵੇਟ ਕਰਨਾ ਪੜਤਾ ਹੈ। 5 ਸਾਲ ਕੇ ਬਾਅਦ ਪਹਿਲਾ ਫਲ ਲੈ ਲੇ। ਹਾਂ ਜੈਸੇ ਇਸ ਇਸ ਬਾਤ 3 ਐਪਲ ਦੇ ਥੇ। ਇਸ ਤੇ ਕਿਤਨੇ ਸਾਲ ਕਾ ਹੈ ਇਹ? ਇਹ 5 ਸਾਲ ਕਾ। 5 ਸਾਲ ਕਾ ਹੋ ਗਿਆ ਇਹ। ਔਰ ਜੈਸੇ ਇਹ ਬੜੇ ਹੀ ਹੈ 30 ਸਾਲ। ਦੇਖੋ ਦੇਖੋ ਨੈਕਸਟ ਇਅਰ ਕਿਤੇ ਹੈ। ਹਾਂ ਅਗਲੇ ਸਾਲ। ਇਹ ਸਾਰੇ ਐਪਲ ਹੈ ਇਸਕੇ। 1 2 3 ਜਿੰਨੇ ਸਾਈਡ ਪੇ ਡੰਡੀਆਂ ਨਿਕਲੀ ਹੋਈ ਹੈ ਉਹ ਸਾਰੇ ਮੋਨ ਪੇ ਐਪਲ ਰੱਖੇ। ਇਹ ਵਾਲੇ ਇਹ ਵਾਲੇ ਅੱਛਾ ਅੱਛਾ ਇਨ ਪੇ ਐਪਲ ਜਾਤੇ ਹਨ। ਇਹ ਐਪਲ ਆਏਗਾ, ਇਹ ਐਪਲ ਆਏਗਾ। ਠੀਕ ਹੈ। ਇਸਮੇ ਇਹ ਐਪਲ ਆਏਗਾ। ਠੀਕ ਹੈ ਠੀਕ ਹੈ। ਇਸਮੇ ਯਹਾਂ ਸੇ ਇਹ ਐਪਲ। ਕੌਨ ਸੀ ਵੈਰਾਈਟੀ ਹੈ? ਕੌਨ ਸਾ?
और जो ग्रीन वाले लगते हैं उनके पेड़ कौन से होते हैं? उनके भी आगे अभी सारे एक जैसे दिखेंगे। एक जैसे दिखेंगे, ठीक है ठीक है ठीक है सर, थैंक यू सो मच। हाँ सारियाँ आइटम्स ने जिहड़ियां तैयार कर दे रहे सर, एप्पल जैम खाते नहीं है सर, इसके लिए नहीं टेस्ट। हाँ शॉप है जिथों आप केसर लिया, इतने गया आज ही डब्बी केसर दी, ਅਸੀਂ ਪਹਿਲਾਂ ਇੱਕ ਡੱਬੀ ਲਈ ਆ, ਇਹਨੂੰ ਹੁਣ ਦੁੱਧ ਦੱਧ ਚ ਪਾ ਕੇ ਪੀ ਕੇ ਦੇਖਾਂਗੇ, ਫਿਰ ਜੇ ਪਤਾ ਲੱਗੂ ਵੀ ਅਸਲੀ ਆ ਨਕਲੀ ਆ ਕਿਸੇ ਹੋਰ ਦੁਕਾਨਦਾਰ, ਇਹਦੇ ਰੰਗ ਨਹੀਂ ਉਹਨਾਂ ਛੱਡਿਆ, ਲੱਗਦਾ ਤਾਂ ਪਿਓਰ ਸੀ, ਬਾਕੀ ਦੇਖੋ ਕੀ ਬਣਦਾ। ਜਿਹੜਾ ਜਿਹੜਾ ਤੈਨੂੰ ਹੋਇਆ ਸੀ ਉਹ ਨਹੀਂ ਸੀ ਪਿਓਰ, ਤੁਸੀਂ ਲਿਆ ਕਿਸਾਨ ਕੇਸਰ ਮਹਿਲ ਤੋਂ ਲਿਆ, ਇਹ ਓਰੀਜਨਲ ਲੱਗਦਾ, ਜੇ ਓਰੀਜਨਲ ਹੋਇਆ ਫਿਰ ਤਾਂ ਹੋਰ ਵੀ ਵੱਧ ਵੀ ਲੈ ਜਾਂਗੇ, ਸ਼ਿਲਾਜੀਤ ਵੀ ਆ, ਇੱਕ ਇਹ ਕਹਿੰਦੇ ਉਰੇ ਸਾਡੇ ਕਾਜੂ ਹੁੰਦਾ 180 ਦੀ ਦਿੱਤੀ ਆ, 200 ਕਹਿ ਰਿਹਾ ਸੀ, ਕਹਿੰਦਾ ਬਾਕੀ ਜਦੋਂ ਵੱਧ ਲਾਉਂਗੇ ਉਦੋਂ ਕਰ ਲਾਂਗੇ। ਆਹ ਖੜੀ ਆ ਹੁਣ ਚੱਕਦੇ ਹਾਂ ਅਤੇ ਚੱਲਦੇ ਹਾਂ, ਫਿਰ ਜੇ ਲੱਗਿਆ ਵੀ ਵਧੀਆ ਇੱਕ ਹੋਰ ਸਾਨੂੰ ਕਿਸੇ ਨੇ ਦੱਸਿਆ ਸੀ ਉੱਥੋਂ ਦੇਖ ਲਾਂਗੇ, ਸੈਂਟਰ ਲੌਕ ਨਹੀਂ ਖੁੱਲਦਾ ਪੁੱਤਲ ਹੈ, ਤਾਂ ਫਿਰ ਨਹੀਂ ਫਿਰ ਉੱਥੋਂ ਲੈ ਚੱਲਾਂਗੇ। ਲਓ ਜੀ ਆ ਜਾਓ, ਖੋਲ੍ਹ ਤਾ ਸੈਂਟਰ ਲੌਕ, ਇੱਕ ਗ੍ਰਾਮ ਨਾਲ ਤਾਂ ਆਪਣਾ ਬਣਨਾ ਦਾ ਕੀ, ਜਮਾਂ ਬੰਦ ਕਰ ਦੇ। ਪਹੁੰਚ ਚੁੱਕੇ ਹਾਂ ਆਪਾਂ ਸ਼੍ਰੀਨਗਰ, ਬਣਿਆ ਤਾਂ ਬਹੁਤ ਸੋਹਣਾ ਹੋਇਆ, ਪਰ ਇੰਨੀ ਜ਼ਿਆਦਾ ਫੋਰਸ ਆ ਨਾ ਉਰੇ, ਇੰਨੀ ਜ਼ਿਆਦਾ ਫੋਰਸ ਲੱਗੀ ਹੋਈ ਆ, ਗੱਲਾਂ ਛੱਡ ਦੋ ਫੋਰਸ ਵਾਲੀਆਂ ਨਾ। ਹਾਂ ਲਓ ਜੀ ਪਹੁੰਚ ਗਏ ਆਪਾਂ ਸ਼੍ਰੀਨਗਰ, ਹੈਗਾ ਤਾਂ ਯਾਰ ਦੇਖਣ ਨੂੰ ਬਹੁਤ ਸੋਹਣਾ, ਸਾਰੇ ਕਿਤੇ ਤਿਰੰਗੇ ਵਾਲੀਆਂ ਲਾਈਟਸ ਲੱਗੀਆਂ ਹੋਈਆਂ ਨੇ, ਬਹੁਤ ਸੋਹਣਾ ਲੱਗ ਰਿਹਾ ਦੇਖਣ ਨੂੰ। ਹੁਣ ਆਪਾਂ ਸਭ ਤੋਂ ਪਹਿਲਾਂ ਜਾ ਰਹੇ ਹਾਂ ਡੱਲ ਲੇਕ ਦੇ ਨੇੜੇ ਤੇੜੇ, ਉੱਥੇ ਕਿਤੇ ਹੋਟਲ ਮਿਲ ਗਿਆ, ਉੱਥੇ ਆਪਾਂ ਹੋਟਲ ਲੈ ਲਾਂਗੇ। ਕੱਢ ਲਾ ਯਾਰ ਇੱਧਰ ਗੱਡੀ ਵਾਲਾ ਅਫਸਾ ਹੀ ਆਉਂਦਾ, ਅਤੇ ਆਹ ਸਾਰੀ ਮਾਰਕੀਟ ਆ, ਮੇਨ ਉਰੇ ਸਿਟੀ ਮੌਲ ਆ, ਥੋੜ੍ਹਾ ਜਿਹਾ ਅੱਗੇ ਜਾ ਕੇ ਇਸ ਤੋਂ ਸ਼੍ਰੀਨਗਰ ਦੇ ਵਿੱਚ, ਅਤੇ ਆਹ ਸਾਰੀਆਂ ਸ਼ੋਪਸ ਵਗੈਰਾ ਨੇ, ਪਰ ਸਾਰੇ ਕਿਤੇ ਰੈੱਡ ਲਾਈਟ ਹੋਈਆਂ ਨੇ, ਯੈਲੋ ਵੀ ਨਹੀਂ ਕੀਤੀ ਹੋਈ, ਪਰ ਮਨ ਕੋਈ ਵੀ ਨਹੀਂ ਰਿਹਾ ਲਾਈਟਸ ਨੂੰ। ਆਹ ਛੋਟੀਆਂ ਛੋਟੀਆਂ ਮਾਰਕੀਟਸ ਨੇ ਆਹ ਸਾਰੇ ਕਿਤੇ, ਉਰੇ ਯੈਲੋ ਹੋਈਆਂ ਨੇ, ਲਿਆਓ ਜੀ। ਦਵਿੰਦਰ ਹਾਲੇ ਥੋੜ੍ਹਾ ਜਿਹਾ ਸਹਿਮਿਆ ਹੋਇਆ, ਮਿਲਟਰੀ ਬਹੁਤ ਜ਼ਿਆਦਾ ਯਾਰ, ਹਰ ਇੱਕ ਕਦਮ 'ਤੇ ਮਿਲਟਰੀ ਆ, ਹਰ ਇੱਕ ਕਦਮ 'ਤੇ ਮਿਲਟਰੀ ਆ। ਚਲੋ ਜੀ ਚਲੋ ਜੀ ਚਲੋ ਜੀ ਚਲੋ 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 ਚਲੋ, ਬਸ ਹੁਣ ਤਾਂ ਬਰਫ਼ ਦੀ ਵੇਟ ਆ ਸਾਨੂੰ, ਕਦੋਂ ਬਰਫ਼ ਪੈ ਜੇ, ਬਰਫ਼ ਇੰਜੋਏ ਕਰਕੇ ਇੱਕ ਅੱਧਾ ਦਿਨ ਪਤਰਾਂ ਨੂੰ ਵਾਪਸ ਜਾਈਏ। ਆ ਲਓ ਜੀ ਫਾਈਨਲੀ ਆਪਾਂ ਆ ਚੁੱਕੇ ਡੱਲ ਲੇਕ 'ਤੇ, ਆਹ ਡੱਲ ਲੇਕ ਆ, ਆ ਜਿਹੜੇ ਇਹਨਾਂ ਦੇ ਦੂਸਰੀ ਸਾਈਡਸ 'ਤੇ ਆ, ਕੋਈ ਨਾ ਕੋਈ ਨਾ ਇਹਨੂੰ ਆਨ ਰਹਿਣ ਦੇ ਚਾਹੇ ਆਫ ਕਰ ਦੇ। ਇਸ ਸਾਈਡ ਜਮ੍ਹਾਂ ਡੱਲ ਲੇਕ ਚੱਲ ਰਹੀ ਹੈ ਸਾਡੇ ਨਾਲ ਨਾਲ, ਹੁਣ ਦੇਖਦੇ ਹਾਂ ਆਹ ਕਿਸ਼ਤੀਆਂ ਜਿਹੀਆਂ ਖੜੀਆਂ ਨੇ, ਤੁਹਾਨੂੰ ਦਿਨੇ ਦਿਖਾਵਾਂਗੇ ਚੰਗੀ ਤਰ੍ਹਾਂ। ਹੁਣ ਪਹਿਲਾਂ ਅਸੀਂ ਜਾ ਕੇ ਕੋਈ ਹੋਟਲ ਰੂਮ ਵਗੈਰਾ ਦੇਖਦੇ ਹਾਂ, ਫਿਰ ਉਸ ਹਿਸਾਬ ਦੇ ਨਾਲ ਕਰਦੇ ਹਾਂ ਸਾਰੀ ਸੈਟਿੰਗ ਵੀ, ਕਦੋਂ ਕੀ ਕਰਨਾ, ਸਵੇਰੇ ਕੀ ਵੀ ਤਾਂ ਆਪਾਂ ਸੋਨ ਮਾਰਗ ਚੱਲੀਏ, ਕਰਦੇ ਹਾਂ ਕੁਛ ਅਤੇ ਫਿਰ ਤੁਹਾਨੂੰ ਦੱਸਦੇ ਹਾਂ। ਹੁਣ ਹੋਟਲ ਕੋਲ ਪਹੁੰਚ ਕੇ ਪਹਿਲਾਂ ਹੋਟਲ ਲੱਭ ਲਈਏ। ਆਹ ਅਸੀਂ ਪਹੁੰਚ ਗਏ ਹੁਣ ਜਿਹੜੇ ਡੱਲ ਲੇਕ ਦੇ ਕੋਲ, ਮਾਰਕੀਟ ਜਿਹੀ ਆ ਇਹ ਚੰਡੀਗੜ੍ਹ, ਡੰਬਰ ਵਾਲਾ ਫਿਰ ਮੂਹਰੇ ਆ ਗਿਆ, ਤੂੰ ਕੱਢ ਲਾ ਯਾਰ ਇੱਧਰ ਉੱਧਰ, ਜੇ ਕੇ ਵਾਲਾ ਕੱਢੂਗਾ, ਕੱਢ ਲਾ ਬਾਈ ਹੁਣ ਜੇ ਕੱਢਣੀ ਆ ਸਾਰ। ਆਹ ਸਾਰੀ ਮਾਰਕੀਟ ਜੀ ਬਣੀ ਹੋਈ ਆ, ਬਾਹਰ ਹੇਠਾਂ ਉੱਤਰ ਕੇ ਦਿਖਾਉਣੇ ਆ। ਆਹ ਅਸੀਂ ਆ ਚੁੱਕੇ ਸੀ ਜਮੀ ਡੱਲ ਲੇਕ ਦੇ ਕੋਲ, ਕੈਫੇ ਬਣਿਆ ਹੋਇਆ ਪੂਰੇ,
ਹੋਰ ਹੁਣ ਅਸੀਂ ਖਾ ਪੀ ਕੇ ਹਟੇ ਸੀਗੇ। ਦਵਿੰਦਰ ਨੂੰ ਲੱਗੀ ਹੋਈ ਸੀ ਭੁੱਖ, ਵਧੀਆ ਬਣਿਆ ਹੋਇਆ, ਫੂਡ ਵੀ ਠੀਕ ਆ। ਅਤੇ ਹੁਣ ਇਸ ਤੋਂ ਬਾਅਦ 'ਚ ਬਾਹਰ ਸਟੋਲ 'ਤੇ ਲੱਗੀਆਂ ਹੋਈਆਂ ਨੇ, ਅੰਦਰ ਤਾਂ ਜਾਣਾ ਪਿਆ ਕਿਉਂਕਿ ਸਟੋਲਸ 'ਤੇ ਕੁਛ ਵੀ ਵੈੱਜ ਨਹੀਂ ਹੈਗਾ। ਇੱਧਰ ਇਸ ਸਾਈਡ ਵੀ ਨੇ, ਪਰ ਜਿੰਨੀਆਂ ਵੀ ਆ ਸਟੋਲਸ ਲੱਗੀਆਂ ਹੋਈਆਂ ਨੇ, ਆਹ ਸਟੋਲਸ 'ਤੇ ਕੁਛ ਵੀ ਵੈੱਜ ਨਹੀਂ ਹੈਗਾ। ਤਾਂ ਉਹਦੇ ਕਰਕੇ ਮੈਨੂੰ ਬਹੁਤ ਜ਼ਿਆਦਾ ਦਿੱਕਤ ਆਈ, ਕਿਉਂਕਿ ਆਪਾਂ ਮੈਂ ਜਮਾਂ ਵੀ ਨੌਨ ਵੈੱਜ ਖਾਂਦਾ ਨਹੀਂ ਹੈਗਾ, ਤਾਂ ਉਹਦੇ ਕਰਕੇ ਦਿੱਕਤ ਆ ਰਹੀ ਆ। ਕੀ ਕਹਿੰਦੇ ਆ ਠੰਡ ਵੀਰੋ? ਤਾਂ ਠੰਡ ਬਹੁਤ ਜ਼ਿਆਦਾ ਹੋਈ ਪਈ ਆ, ਪਾਣੀ ਕਰਕੇ ਆ ਠੰਡ। ਸਾਰਾ ਕੁਛ ਨੌਨ ਵੈੱਜ, ਇਕੱਲੀ ਛੱਲੀ ਵੈੱਜ ਹੈਗੀ ਆ ਮੈਨੂੰ ਲੱਗਦਾ, ਛੱਲੀ ਤਾਂ ਨਹੀਂ ਖਾਣੀ। ਛੱਲੀ ਤਾਂ ਕੀ ਖਾਣੀ? ਚਲੋ ਫਿਰ ਚੱਲੀਏ ਆਪਣੀ ਸੋਨ ਪਰੀ ਨੂੰ ਲੈ ਕੇ। ਸੋਨ ਪਰੀ